ਕਾਲ
ਨਾਨਕ ਦੇਵ ਖੇ ਉਜਲੇ ਕੀਤੀ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵੇ ਚਿਤਿਆਵਣ ਕਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ ਹਰਿਆਏ ਦੇਵ ਤੇ ਫਤਿਹ ਬਿਰਧ ਕੀ ਬੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਣੀ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੰਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਣਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੁਭਾਅ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਨਿਵਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦਰੀ ਹੈ ਜਿਹਾ ਜੀਰੀ ਲਿਖਿਆ ਤੇਰਾ ਹੁਕਮ ਕਮਾਏ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਾਂ ਬਾਪਾਂ ਸਰਦਾਰ ਘਰ ਦੇ ਪ੍ਰੀਤਵਾਨ ਬੀਬੀ ਇਕਬਾਲ ਕੌਰ ਜੀ ਆਪ ਜੀ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਸੰਸਾਰ ਦੇ ਭੋਗਦਿਆਂ ਅਕਾਲ ਚਲਾਣਾ ਕਰ ਗਿਆ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਮਾਣ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਛਕੇ ਆਪ ਜੀ ਦਾ ਨਾਮ ਜਪੇ ਕਿਰਪਾ ਕਰੋ ਮਿੱਠੀ ਪਿਆਰੀ ਅਸੀਸ ਹੁਕਮ ਬਖਸ਼ੋ ਹੁਕਮ ਤੇ ਚੱਲਣ ਦੀ ਮਤ ਬੁੱਧ ਸਮਰੱਥਾ ਬਖਸ਼ਣੀ ਸਰਬੱਤ ਦੇ ਕਾਰਜ ਰਸ ਕਰਨੇ ਗੁਰਮਤਿ ਅਨੁਸਾਰ ਭਾਵਨਾ ਸੰਪੂਰਨ ਕਰਨੀਆਂ ਵਿਛੜੀ ਆਤਮਾ ਨੂੰ ਚਰਨਾਂ 'ਚ ਨਿਵਾਸ ਬਖਸ਼ਣਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਸਹੀ ਪਿਆਰੇ ਮੇਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈਆ ਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਕੋਚ ਹੈ ਰਾਜ ਕਰੇਗਾ ਖਾਲਸਾ ਵਾਰ ਹੋਏ ਸਭ ਮਿਲਾਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਦਾਨ ਦੀਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਧਿਆ ਗਏ ਅਰਦਾਸ ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੂੰ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੂੰ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਸੋਈ ਸੁਨੰਦੜੀ ਸਾਹਿਬ ਜੀਓ ਬਿਲਾਵਲ ਮਹਿਲਾ ਪੰਜਵਾਂ ਮਨ ਤਨ ਪ੍ਰਭ ਅਰਾਧੀਐ ਮਿਲ ਸਾਧ ਸਮਾਗੈ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ ਸਾਡੇ ਵਿੱਚੋਂ ਬੀਬੀ ਇਕਬਾਲ ਕੌਰ ਸੁਪਤਨੀ ਪ੍ਰਿੰਸੀਪਲ ਸਰਦਾਰ ਮੇਜਰ ਸਿੰਘ ਜੀ ਵਿਛੜ ਗਏ ਹਨ
Thank you.
माटी को टुकड़ा कैसे न चलूं, देखे देखे सुने बोले, देखे देखे सुने बोले, गरियो हिरत है कैसे नचत, माटी को साहिब समा पंथ में आ।
ਜਾਣਾ ਜੁੜਨਾ ਹੈ, ਕੋਈ ਵੀ ਸਮਸਿਆ ਨਹੀਂ। ਰਾਮ ਕਲੀ ਸਹਾਏ ਹਰਜਨ ਹਰ ਗੋਬਿੰਦ ਨਾਮ ਸਿੰਘ ਸ਼੍ਰੀ ਹਰਿ ਰਾਏ
ਸ੍ਰੀ ਹਰਿਕ੍ਰਿਸ਼ਨ ਜੀ ਆਏ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪੰਜਾਂ ਪਿਆਰਿਆਂ ਤਮ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਕੱਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਨੇਤ ਲਾਈ ਦੇਵਾਹੀ ਦੇਖ ਕੇ ਅੰਡਿਤ ਕੀਤਾ ਇਹਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਦ ਬੰਦ ਕਟਾਏ ਕੋਕਰੀਆਂ ਲਵਾਈਆਂ ਚਰਖੜੀਆਂ ਤੇ ਜੜੇ ਕਾਰੀਆਂ ਨਾਲ ਚੁਰਾਏ ਗਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰੀਆਂ ਪ੍ਰਿਥਵੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵੇ ਚਿਤਿਆਵਣ ਕਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ ਹਰਿਆਏ ਦੇਖ ਤੇ ਪਤੇ ਬਿਰਧ ਕੀ ਬੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਜਿਸਾਹ ਦਾਨ ਭਰੋਸਾ ਦਾਨ ਦਾਨਾ ਸ੍ਰੀ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੰਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਤ ਤੇ ਸੇਵਾ ਸੁਭਾਅ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਨਿਵਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦਰੀ ਹੈ ਜਿਹਾ ਤੇਰੀ ਲਿਖਿਆ ਤੇਰਾ ਹੁਕਮ ਕਮਾਏ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਾਂ ਬਾਪ ਕਾਨ ਸਰਦਾਰ ਘਰ ਦੇ ਪ੍ਰੀਤਵਾਨ ਬੀਬੀ ਇਕਬਾਲ ਕੌਰ ਜੀ ਆਪ ਜੀ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਸੰਸਾਰ ਦੇ ਭੋਗਦਿਆਂ ਅਕਾਲ ਚਲਾਣਾ ਕਰ ਗਏ ਤਿਨ੍ਹਾਂ ਦੇ ਨਿਮਿਤ ਸਮੂਹ ਪਰਿਵਾਰ ਵੱਲੋਂ ਪਾਵਨ ਅਸਥਾਨਾਂ 'ਤੇ ਪਹੁੰਚ ਕੇ ਦੀਵਾਨ ਸਜਾਏ ਗਏ ਸੱਜੇ ਦੀਵਾਨਾ ਅੰਦਰ ਅੰਮ੍ਰਿਤਮਈ ਬਾਣੀ ਦੇ ਕੀਰਤਨ ਉਪਰੰਤ ਛੇ ਪੌੜੀਆਂ ਅਨੰਦ ਸਾਹਿਬ ਬਾਣੀ ਦੇ ਜਾਪ ਕੀਤੇ ਗਏ ਅੱਖਰ ਵਾਧਾ ਘਾਟਾ ਭੁਲ ਚੁੱਕ ਮੁਆਫ ਕਰਨਾ ਅੱਗੇ ਤੋਂ ਸ਼ੁੱਧ ਸਪਸ਼ਟ ਬਾਣੀ ਦੇ ਜਾਪ ਕਰਨ ਦੀ ਮੱਤ ਮੁੱਖ ਸਮਰੱਥਾ ਬਖਸ਼ਣੀ ਦਰਿਆਈ ਸੰਤ ਦੀ ਹਾਜ਼ਰੀ ਤਿਲ ਪਰ ਭੇਟਾ ਪ੍ਰਵਾਨ ਕਰਨੀ ਦਰੋਂ ਧਰਮ ਪ੍ਰਸਿੱਧੀ ਜੀਵਨ ਨਾਮ ਦੀ ਦਾਤ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਣੀ ਗੁਰਮਤਿ ਅਨੁਸਾਰ ਸਭ ਦੀਆਂ ਭਾਵਨਾ ਸੰਪੂਰਨ ਕਰਨੀਆਂ ਸੇਵਕ ਪਰਿਵਾਰ ਵੱਲੋਂ ਪਾਵਨ ਸਰੂਪਾਂ ਨੇ ਰਵਾਦਾ ਸਾਹਿਬ ਹਾਜ਼ਰ ਕੀਤਾ ਹੈ ਕਿਰਪਾ ਕਰਨੀ ਕਿਰਤ ਕਮਾਈਆਂ 'ਚ ਬਰਕਤਾਂ ਪਾਉਣੀਆਂ ਗੁਰਮਤਿ ਅਨੁਸਾਰ ਪਰਿਵਾਰ ਦੀਆਂ ਭਾਵਨਾ ਸੰਪੂਰਨ ਕਰਨੀਆਂ ਵਿਛੜੀ ਆਤਮਾ ਨੂੰ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਛਕੇ ਆਪ ਜੀ ਦਾ ਨਾਮ ਜਪੇ ਕਿਰਪਾ ਕਰੋ ਮਿੱਠੀ ਪਿਆਰੀ ਅਸੀਸ ਹੁਕਮ ਬਖਸ਼ੋ ਹੁਕਮ ਤੇ ਚੱਲਣ ਦੀ ਮੱਤ ਬੁੱਧ ਸਮਰੱਥਾ ਬਖਸ਼ਣੀ ਸਰਬੱਤ ਦੇ ਕਾਰਜ ਰਸ ਕਰਨੇ ਗੁਰਮਤਿ ਅਨੁਸਾਰ ਭਾਵਨਾ ਸੰਪੂਰਨ ਕਰਨੀਆਂ ਵਿਛੜੀ ਆਤਮਾ ਨੂੰ ਚਰਨਾਂ 'ਚ ਨਿਵਾਸ ਬਖਸ਼ਣਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਸਹੀ ਪਿਆਰੇ ਮੇਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈਆ ਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਕੋਚ ਹੈ ਰਾਜ ਕਰੇਗਾ ਖਾਲਸਾ ਵਾਰ ਹੋਏ ਸਭ ਮਿਲਾਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਜੜੇ ਇੱਕ ਟੇਕ ਤੂੰ ਲਾਹੀ ਬਿਗਾਨੀ ਆਸ ਨਾਨਕ ਨਾਮ ਧਿਆਈ ਹੈ ਕਾਰਜ ਆਵੈ ਰਾਸ
कृपा करो दीन के दाते, मेरा गुण अब गुण ना विचारो कोई। माटी का क्या धोपै स्वामी, मानस की गत एही। माटी का क्या धोपै स्वामी, मानस की गत एही। मैं दान दीवान तू है मेरे स्वामी, मैं तुद्या गय अरदास। मैं होर थाओ नाही जिस पर करूं बेनंती, मेरा दुख सुख तुझ ही पास। मैं होर थाओ नाही जिस पर करूं बेनंती, मेरा दुख सुख तुझ ही पास। सोई सुनंदड़ी मेरा तन मन मौला, नाम जपंदड़ी लाली। पांध जलंदड़ी मेरा अंदर ठंडा, गुरदर्शन देख निहाली। सतनाम वाहिगुरु साहिब जीओ, बिलावर महला पंजवा। मन तन प्रभ आराधिया, मिल साध समागै। उचरत गुण गोपाल जस, दूर ते जम भागै। मन तन प्रभ आराधिया, मिल साध समागै। उचरत गुण गोपाल जस, दूर ते जम भागै। राम नाम जो जन जपै, अन दिन सद जागै। तंत मंत ना जोहई, तित चाख ना लागै। रहाओ काम क्रोध मद मान मोह, बिन से अनरागै। आनंद मगन रस राम रंग, नानक शरणागै। काम क्रोध मद मान मोह, बिन से अनरागै। आनंद मगन रस राम रंग, नानक शरणागै। वाहिगुरु जी का खालसा, वाहिगुरु जी की फतेह। वाहिगुरु जी की फतेह। सतगुरां दी पवित्र बाणी, गौड़ी राग दी 52 अखरी विच पातशाह ने मनुखी जीवन बारे सुंदर अंकित किया। पातशाह का फरमान है, गगा गोविंद गुण रवो, सास सास जप नीत। कहाँ बिसासा देह का, बिरन न करहो मीत। नह बारक नह जोबन, नह बेदी का छबंध। ओ बेरा न बूझई जो आए परे जम फंध। इस पावन शब्द की भावना अधीन साढ़े विचों बीबी इकबाल कौर, सुपत्नी प्रिंसीपल सरदार मेजर सिंह जी विछड़ गए हैं। बीबी दे बारे कुछ मेरे को बड़ा लंबा समा उन्होंने संपर्क रहन करके कहने नू काफ़ी कुछ, लेकिन
ਜੋ ਪ੍ਰਬੰਧਕਾਂ ਵੱਲੋਂ ਹੁਕਮ ਹੈ ਸੰਖੇਪ ਲੈ ਕੇ ਇੱਕ ਦੋ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਬੀਬੀ ਇਕਬਾਲ ਕੌਰ ਅਤੇ ਸਰਦਾਰ ਮੇਜਰ ਸਿੰਘ ਦੋਨਾਂ ਨੇ ਅਧਿਆਪਨ ਜੀਵਨ ਜੀਵਿਆ, ਦੋਵੇਂ ਆਪਣੇ ਵਿਭਾਗ ਵਿੱਚ ਬੜੇ ਪਰਵਾਨੇ ਹੋਏ ਅਤੇ ਮੰਨੇ ਹੋਏ ਅਧਿਆਪਕ ਰਹੇ ਅਤੇ ਇਸ ਤੋਂ ਬਾਅਦ ਦਾ ਪਰਿਵਾਰਕ ਜੀਵਨ ਜਿਸ ਭਾਵਨਾ ਅਧੀਨ ਮਨੁੱਖੀ ਜੀਵਨ ਦੀ ਸ਼ਾਂਤੀ ਮਿਲਦੀ ਹੈ, ਜਿਸ ਭਾਵਨਾ ਅਧੀਨ ਮਨੁੱਖੀ ਜੀਵਨ ਨੂੰ ਮਾਣ ਮਿਲਦਾ ਹੈ, ਇਸ ਤਰ੍ਹਾਂ ਦਾ ਜੀਵਨ ਇਹਨਾਂ ਦੋਹਾਂ ਨੇ ਜੀਵਿਆ। ਸਮਾਜ ਦੇ ਵਿੱਚ ਸਰਦਾਰ ਮੇਜਰ ਸਿੰਘ ਦਾ ਬਹੁਤ ਵਿਚਰਨ ਰਿਹਾ ਹੈ ਦੇਸ਼ ਵਿਦੇਸ਼ ਵਿੱਚ। ਸਿਰਫ ਇੱਕ ਗੱਲ ਇਹਨਾਂ ਦੀ ਹਰ ਵਿਅਕਤੀ ਦੇ ਹਰ ਸੁਨੇਹੀ ਦੇ ਮੂੰਹ 'ਤੇ ਹੈ ਕਿ ਸਰਦਾਰ ਮੇਜਰ ਸਿੰਘ ਦੀ ਸੰਗਤ ਕਰਕੇ ਘੱਟੋ ਘੱਟ ਕਈ ਦਿਨ ਦਾ ਆਨੰਦ ਮਿਲ ਜਾਂਦਾ ਹੈ। ਇਹ ਆਪਣੇ ਗੁਣ ਹਨ ਵਿਅਕਤੀ ਦੇ ਜਿਨ੍ਹਾਂ ਦੀ ਪ੍ਰਸ਼ੰਸਾ ਦਾ ਇਹੀ ਮੌਕਾ। ਬੀਬੀ ਇਕਬਾਲ ਕੌਰ ਬਹੁਤ ਸ਼ਾਂਤ ਸੁਭਾਅ ਦੇ ਸਨ, ਅਧਿਆਪਨ ਖੇਤਰ ਦੇ ਵਿੱਚ ਉਹਨਾਂ ਦਾ ਵੱਡਾ ਮਾਣ ਸੀ ਔਰ ਨੌਕਰੀ ਦੇ ਨਾਲ ਨਾਲ ਆਪਣੇ ਪਰਿਵਾਰਕ ਜੀਵਨ ਨੂੰ ਬੜੇ ਸ਼ਾਂਤ ਢੰਗ ਨਾਲ ਜੀਵਿਆ। ਦੋ ਸਪੁੱਤਰੀਆਂ, ਇੱਕ ਲੋਕੇ ਸਪੁੱਤਰ ਦੀ ਮਾਂ ਸੀ ਬੀਬੀ ਇਕਬਾਲ ਕੌਰ, ਲੇਕਿਨ ਬੀਬੀ ਇਕਬਾਲ ਕੌਰ ਅਤੇ ਸਰਦਾਰ ਮੇਜਰ ਸਿੰਘ ਨੇ ਆਪਣੇ ਅਲੌਕੇ ਪੁੱਤਰ ਦਾ ਜਿੰਨੇ ਸਬਰ ਨਾਲ ਵਿਯੋਗ ਕੱਟਿਆ ਹੈ ਉਹ ਬਹੁਤ ਹੀ ਪ੍ਰਸ਼ੰਸਾਜਨਕ। ਇਕਲੌਤੇ ਪੁੱਤਰ ਦਾ ਦੇਹਾਂਤ ਅਤੇ ਉਸ ਨੂੰ ਸਬਰ ਨਾਲ ਸਤਿਗੁਰੂ ਦੇ ਭਾਣੇ ਵਿੱਚ ਰਹਿ ਕੇ ਪ੍ਰਵਾਨ ਕਰਨਾ ਇਹ ਕਿਸੇ ਕਿਸੇ ਦਾ ਗੁਣ ਹੈ। ਦੋ ਸਪੁੱਤਰੀਆਂ ਜਿਨ੍ਹਾਂ ਵਿੱਚੋਂ ਇੱਕ ਅੱਜ ਕੱਲ੍ਹ ਕੈਨੇਡਾ ਵਾਸੀ ਹੈ, ਦੂਜੀ ਸਪੁੱਤਰੀ ਵੀ ਅਧਿਆਪਕ ਹੈ ਔਰ ਸਰਾਭਾ ਨਗਰ ਦੇ ਗੌਰਮੈਂਟ ਪ੍ਰਾਇਮਰੀ ਸਕੂਲ ਵਿੱਚ ਹੀ ਨੌਕਰੀ ਕਰਦੀ। ਸਰਦਾਰ ਮੇਜਰ ਸਿੰਘ ਅਤੇ ਬੀਬੀ ਇਕਬਾਲ ਕੌਰ ਇੱਕ ਗੱਲੋਂ ਹੋਰ ਮਾਣ ਦੇ ਪਾਤਰ ਹਨ ਕਿ ਜਿੱਥੇ ਵੀ ਦੁੱਖ ਦੀ ਗੱਲ ਸੀ ਇਹ ਤਾਂ ਸਭ ਤੋਂ ਮੂਹਰੇ ਉੱਥੇ ਦੁੱਖ ਮਨਾਉਣ ਜਾਂਦੇ ਸੀ। ਸੁੱਖ ਵੇਲੇ ਤਾਂ ਜਾਣਾ ਵੱਖਰਾ ਹੈ, ਸਮਾਜਿਕ ਜ਼ਿੰਦਗੀ ਹੈ, ਲੇਕਿਨ ਵਿਅਕਤੀ ਉਹ ਹੈ ਜਿਹੜਾ ਕਿਸੇ ਦੀ ਦੁੱਖ ਦਾ ਸਾਂਝੀ। ਬਹੁਤ ਗੁਣ ਸਨ ਇਹਨਾਂ ਦੀ ਵਡਿਆਈ ਦੇ, ਲੇਕਿਨ ਚਲੇ ਜਾਣਾ ਅਟਲ ਹੈ, ਇਸ ਨੂੰ ਕੋਈ ਰੋਕ ਨਹੀਂ ਸਕਦਾ। ਮੇਰੇ ਹਰ ਜੀਓ ਸਭ ਕੋ ਤੇਰੇ ਵਾਸ, ਅਸਾਂ ਜੋਰ ਨਾਹੀਂ ਜੇ ਕੁਛ ਕਰ ਹਮ ਸਾਕੇ, ਜਿਉਂ ਭਾਵੈ ਤਿਵੈਂ ਬਖਸ਼। ਅਸੀਂ ਰੱਖ ਨਹੀਂ ਸਕਦੇ, ਲੇਕਿਨ ਇਹ ਵੀ ਸਮਾਜ ਵੱਲੋਂ ਪ੍ਰਵਾਨਿਕ ਗੱਲ ਹੈ ਔਰ ਪਾਤਸ਼ਾਹ ਦੀ ਬਾਣੀ ਵੀ ਪ੍ਰਵਾਨ ਕਰਦੀ ਹੈ ਕਿ ਦੋ ਮੂਰਤੀਆਂ ਦੀ ਇੱਕ ਜੋਤ ਬਣਦੀ ਔਰ ਉਹ ਦੋ ਮੂਰਤੀਆਂ ਨੂੰ ਹੀ ਜੀਵਨ ਇਕੱਠਾ ਕਰਕੇ ਕਿਹਾ ਜਾ ਸਕਦਾ। ਜਦੋਂ ਇਹਦੇ ਵਿੱਚ ਵਿਛੋੜਾ ਆ ਜਾਂਦਾ ਹੈ ਤਾਂ ਸਰਦਾਰ ਮੇਜਰ ਸਿੰਘ ਇਸ ਦਾ ਅਰਥ ਜਾਣਦੇ ਹਨ ਕਿ ਵਿਛੋੜਾ ਕੀ ਹੁੰਦਾ। ਵਿਛੜ ਜਾਣਾ ਸੰਸਾਰਿਕ ਜੀਵਨ ਦੀ ਰੀਤ ਹੈ ਔਰ ਇਸ ਨੂੰ ਸਾਡੇ ਧਰਮ ਨੇ, ਗੁਰੂ ਸਾਹਿਬਾਨ ਨੇ ਪ੍ਰਵਾਨ ਕੀਤਾ ਹੈ ਕਿ ਵਿਛੜਨਾ ਦੁਖਦਾਈ ਜ਼ਰੂਰ ਹੈ, ਲੇਕਿਨ ਸਤਿਗੁਰੂ ਦੇ ਭਾਣੇ ਵਿੱਚ ਆਪਣੇ ਜੀਵਨ ਨੂੰ ਬਸਰ ਕਰਦਿਆਂ ਵਿਛੋੜੇ ਨੂੰ ਪ੍ਰਵਾਨ ਲੈਣਾ ਹੀ ਉੱਚੀ ਇਨਸਾਨੀਅਤ ਦੀ ਨਿਸ਼ਾਨੀ। ਸਾਨੂੰ ਬੀਬੀ ਇਕਬਾਲ ਕੌਰ 'ਤੇ ਮਾਣ ਹੈ। ਸੰਸਾਰ ਵਿੱਚੋਂ ਚਲੇ ਜਾਣਾ ਹਰ ਇੱਕ ਦਾ ਹੀ ਦੁਖਦਾਈ ਮੰਨਿਆ ਜਾਂਦਾ ਹੈ,
लेकिन किसी अध्यापक का समाज जाना, समाज विचों जाना थोड़ा वक्रे ढंग का दुख है, क्योंकि अध्यापक के पिछे बड़ा कुछ हुंदा, बड़ा कुछ करन वाला हुंदा, बड़ा कुछ किया गया हुंदा। तां बीबी इकबाल कौर इस पक्षों, क्योंकि मेरा संपर्क अध्यापन खेत्र का ही सेवादार होने करके उन्हां नाल काफ़ी रहा है, तो अध्यापन पक्षों भी उन्हां दी बहुत वड्याई सी। मैनू सर मेजर सिंह ने बड़े संपर्क नाल फौजी साहब से सद के तुहाडी सेवा च खड़ा होने का माण बख्शिया है, जिहदा मैं धन्नवादी हाँ। मैनू अचानक कल ही पता लगा कि ये घटना वापर गई, बहुत दुख महसूस होया, लेकिन कुछ किया नहीं जा सकता। इस करके गुरबाणी भी ठोक के इस गल नूं कहिंदी है भाई देख भाई जाना है। कबीर ये तन जाएगा सको तो लेहो बहोड़, नांगे पावों ते गए जिनके लाख करोड़, ते फिर संसार तो जीवन तो जाना अटल है, ते जिस अटल सच्चाई नूं मानन वास्ते तुसी अज संगत कीती है, और ये संगत माणयोग हुंदी है जोड़ी बैराग भरे मन नाल आपां सांझी करदे हां। सरदार मेजर सिंह जी वालों सारी संगत का, सारे सनेहियां का, मैनू ये गल भी माण नाल दसनी पै रही है कि नेड़ों नेड़ों नहीं, बहुत दूरों दूरों उत्तर प्रदेश तो, हिमाचल प्रदेश तो, और बाहरले देशों चो हुणे कुछ एक संगत विच आए सन फरीदकोट तो, सारे दूरों दूरों संगत आईया, जिस करके समा बचाना, समा घट लैना ही ठीक मनिया जाएगा। इस करके मैं बहुतियां गल्लां पर छोट दे के सतगुरु देव तुहाडे नाल रल के भाणा मनदे होए बीबी इकबाल कौर नूं श्रद्धा भेट कीती है, तुसां वी ते मैं वी। और सतगुरु सरदार मेजर सिंह दे बाकी दे जीवन नूं वी सुखमई बनाई रखण ओह कृपा कर। मेरे कोले परिवार वल्लों छोटे दो दान दिते गए हन, एक है गुरद्वारा साहब की डिस्पेंसरी वास्ते 10,000 रुपया, अते गवर्नमेंट प्राइमरी स्कूल सराभा नगर इहदे वास्ते 10,000 रुपया कृपा करके ये प्रबंधक जन प्रवान कर लैन लै लैन। आखिर दे विच सारी संगत नूं बेनती है कि लंगर जरूर छक लैना, हुण तक नहीं छक सके कोई कारण हो सकदा, लंगर जरूर छक लिया जाए, तो ਤੁਹਾਡਾ ਧੰਨਵਾਦ ਹੋਏਗਾ। ਲੋ ਅੱਛਾ, ਆਖਰ ਦੇ ਵਿੱਚ ਫਿਰ ਭਾਈ ਸਾਹਿਬ ਭਾਈ ਗੁਰਦਾਸ ਦੀ ਇਸ ਭਾਵਨਾ ਨੂੰ ਆਪਾਂ ਪ੍ਰਵਾਨ ਕਰਦੇ ਹੋਏ ਬੀਬੀ ਜੀ ਨੂੰ ਆਪਣੇ ਮਨ ਵਿੱਚ ਉਹਨਾਂ ਦਾ ਵੈਰਾਗ ਵੀ ਅਤੇ ਉਹਨਾਂ ਦੀ ਵਡਿਆਈ ਵੀ ਵਸਾ ਕੇ ਸਮਾਗਮ ਦੀ ਸਮਾਪਤੀ ਕਰੀਏ। ਭਾਈ ਸਾਹਿਬ ਭਾਈ ਗੁਰਦਾਸ ਸਿੰਘ ਜੀ ਸੁੰਦਰ ਪ੍ਰਗਟਾਉਂਦੇ ਹਨ, ਗੁਰਮੁਖ ਹਉਮੈ ਪਰ ਹਰੈ ਮਨ ਭਾਵੈ ਖਸਮੈ ਦਾ ਭਾਣਾ, ਪੈਰੀ ਪੈ ਪਾਖਾਕ ਹੋਏ ਫਿਰ ਦਰਗਹਿ ਪਾਵੈ ਮਾਣ ਨਿਮਾਣਾ, ਵਰਤਮਾਨ ਵਿੱਚ ਵਰਤਦਾ ਹੋਵਣ ਹਾਰ ਸੋਈ ਪਰਵਾਣਾ, ਫਿਰ ਕਾਰਨ ਕਰਤਾ ਜੋ ਕਰੇ ਸਿਰ ਧਰ ਮਨ ਕਰੇ ਸ਼ੁਕਰਾਨਾ। ਇਹੀ ਸਾਡੇ ਲਈ ਸਤਿਗੁਰੂ ਦਾ ਉਪਦੇਸ਼ ਹੈ, ਇੱਥੇ ਹੀ ਪ੍ਰਵਾਨ ਕਰੋ। ਕੋਈ ਢੁੱਕਵਾਂ ਸ਼ਬਦ ਨਾ ਕਿਹਾ ਗਿਆ ਹੋਵੇ ਉਸਦੀ ਖਿਮਾ, ਕੋਈ ਅਪ ਸ਼ਬਦ ਕਿਹਾ ਗਿਆ ਉਸਦੀ ਖਿਮਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।